ਤੁਸੀਂ ਵੇਖ ਰਹੇ ਹੋ ਲਿਬਰਲ ਟੀ ਵੀ ਮੁੱਦਾ ਅੱਜ ਦਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਇੱਕ ਪਾਸੇ ਬਜਟ ਅਤੇ ਦੂਏ ਪਾਸੇ ਪੀ ਐੱਮ ਕੇਅਰ ਫੰਡ। ਚਲੋ ਬਜਟ 'ਤੇ ਆਉਣ ਤੋਂ ਪਹਿਲਾਂ ਪੀ ਐੱਮ ਕੇਅਰ ਫੰਡ ਦੀ ਗੱਲ ਕਰ ਲੈਂਦੇ ਹਾਂ। ਪੀ ਐੱਮ ਕੇਅਰ ਫੰਡ ਅਤੇ ਇੱਕ ਪਾਸੇ ਪ੍ਰਧਾਨ ਮੰਤਰੀ ਰਾਹਤ ਕੋਸ਼। ਜਦੋਂ ਕਰੋਨਾ ਕਾਲ ਦੇ ਵਿੱਚ ਪੀ ਐੱਮ ਕੇਅਰ ਫੰਡ ਹੋਂਦ ਵਿੱਚ ਆਇਆ ਤਦ ਕੁਝ ਧਿਰਾਂ ਨੇ, ਕੁਛ ਅਦਾਰਿਆਂ ਨੇ, ਕੁਛ ਪੱਤਰਕਾਰਾਂ ਨੇ, ਕੁਛ ਬੁੱਧੀਜੀਵੀਆਂ ਨੇ, ਕੁਛ ਵਿਰੋਧੀ ਧਿਰਾਂ ਨੇ, ਕੁਛ ਵੱਖੋ ਵੱਖ ਹਵਾਲਿਆਂ ਨਾਲ ਇਹ ਚਰਚਾ ਚੱਲੀ ਕਿ ਭਾਈ ਇਹਦੀ ਲੋੜ ਸੀ, ਇਹਦੀ ਲੋੜ ਹੈ ਪੀ ਐੱਮ ਕੇਅਰ ਫੰਡ ਕਿਉਂ ਜਦੋਂ ਪ੍ਰਧਾਨ ਮੰਤਰੀ ਰਾਹਤ ਕੋਸ਼ ਹੈ। ਪਰ ਨਰਿੰਦਰ ਮੋਦੀ ਜੀ ਦੀਆਂ ਫੋਟੋਆਂ ਨਾਲ, ਉਹਨਾਂ ਦੇ ਨਾਮ ਨਾਲ, ਉਹਨਾਂ ਦੇ ਵਿੱਚ ਬਣਾਏ ਗਏ ਮੈਂਬਰਾਂ ਦੇ ਹਵਾਲੇ ਨਾਲ ਇਹ ਜਚਾ ਦਿੱਤਾ ਗਿਆ, ਇਹ ਦਰਸਾ ਦਿੱਤਾ ਗਿਆ, ਇਹ ਮਹਿਸੂਸ ਹੋਣ ਲੱਗ ਗਿਆ ਕਿ ਤਾਂ ਸਰਕਾਰੀ ਫੰਡ ਹੈ। ਅਤੇ ਲੋਕਾਂ ਦੇ ਮਨਾਂ 'ਚ ਗੱਲ ਕਰ ਗਈ ਕਿ ਮੋਦੀ ਜੀ ਵੱਲੋਂ ਪੀ ਐੱਮ ਕੇਅਰ ਫੰਡ, ਮਤਲਬ ਕੁਝ ਤਾਂ ਹੀ ਲੱਗਦਾ ਹੋਣਾ ਸ਼ਾਇਦ ਪ੍ਰਧਾਨ ਮੰਤਰੀ ਰਾਹਤ ਕੋਸ਼ ਦਾ ਨਾਂ ਬਦਲਦਾ, ਕਿਉਂਕਿ ਨਾਂ ਬਦਲਣ ਵਾਲੀ ਸਰਕਾਰ ਹੈ, ਚੀਜ਼ ਦਾ, ਥਾਂ ਦਾ, ਗੱਲ ਦਾ, ਯੋਜਨਾ ਦਾ ਥਾਂ ਥਾਂ 'ਤੇ ਨਾਂ ਬਦਲੇ ਸੀ। ਲੋਕਾਂ ਨੂੰ ਕਈਆਂ ਦਾ ਹੀ ਲੱਗਿਆ ਹੋਣਾ ਕਿ ਸ਼ਾਇਦ ਪ੍ਰਧਾਨ ਮੰਤਰੀ ਰਾਹਤ ਯੋਜਨਾ ਦਾ ਨਾਂ ਬਦਲ ਕੇ ਹੁਣ ਪੀ ਐੱਮ ਕੇਅਰ ਫੰਡ ਹੋ ਗਿਆ। ਸੋ ਇਸ ਹਵਾਲੇ ਨਾਲ ਉਸ ਸਮੇਂ ਖੂਬ ਚਰਚਾ ਚੱਲੀ ਕਿ ਭਾਈ ਇਹ ਕੀ ਹੈ। ਕੁਝ ਧਿਰਾਂ ਨੇ ਇਸ ਦੇ ਉੱਤੇ ਚਿੰਤਾ ਵੀ ਪ੍ਰਗਟਾਈ, ਕੁਛ ਧਿਰਾਂ ਨੇ ਇਹਦੇ ਪਰ ਸਵਾਲ ਵੀ ਖੜ੍ਹੇ ਕੀਤੇ ਕਿ ਭਾਈ ਇਹ ਕਿਤੇ ਨਾ ਕਿਤੇ ਲੋਕਾਂ ਨਾਲ ਧੋਖਾ ਤਾਂ ਨਹੀਂ। ਪਰ ਕਹਿੰਦੇ ਨਹੀਂ ਜੀ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ, ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੈ, ਪ੍ਰਧਾਨ ਮੰਤਰੀ ਦਾ ਨਾਮ ਹੈ, ਉਹਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਮ ਹੈ, ਉਹਦੇ ਨਾਲ ਨਿਰਮਲਾ ਸੀਤਾਰਮਣ ਦਾ ਨਾਮ ਹੈ, ਪੀ ਐੱਮ ਓ ਹਾਊਸ ਦੇ ਕੁਝ ਅਧਿਕਾਰੀ ਨੇ, ਕੁਝ ਸਾਬਕਾ ਅਧਿਕਾਰੀ ਨੇ, ਕੁਝ ਹੋਰ ਨਾਮੀ ਹਸਤੀਆਂ ਨੇ, ਇਹ 'ਚ ਕਿੱਥੇ ਕੁਛ ਖੇਡ ਹੋਊਗੀ ਜੀ। ਚਲੋ ਜੀ, ਕਈਆਂ ਨੇ ਮੰਗ ਕੀਤੀ ਕਿ ਲਿਆਓ ਜੀ ਇਹਨੂੰ ਆਰ ਟੀ ਆਈ ਦੇ ਤਹਿਤ ਜਾਣਕਾਰੀ ਦੇ ਦਿਓ। ਕਹਿੰਦੇ ਨਾ ਜੀ, ਇਹ ਆਰ ਟੀ ਆਈ ਦੇ ਦਾਇਰੇ 'ਚ ਨਹੀਂ ਆਉਂਦਾ, ਇਹਦੀ ਆਰ ਟੀ ਆਈ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ। ਪਰ ਅਚਾਨਕ ਹੁਣ ਇਹ ਮਾਮਲਾ ਦਿੱਲੀ ਦੀ ਹਾਈ ਕੋਰਟ 'ਚ ਪਹੁੰਚ ਗਿਆ, ਪਟੀਸ਼ਨ ਆ ਗਈ, ਪਟੀਸ਼ਨ 'ਤੇ ਸੁਣਵਾਈ ਆ ਗਈ, ਸੁਣਵਾਈ 'ਤੇ ਪੱਖ ਰੱਖਣ ਲਈ ਸਰਕਾਰ ਨੂੰ ਪੁੱਛ ਲਿਆ, ਅਤੇ ਸਰਕਾਰ ਪੱਖ ਕੀ ਰੱਖਦੀ ਆ ਕਿ ਪੀ ਐੱਮ ਕੇਅਰ ਫੰਡ ਸਰਕਾਰੀ ਨਹੀਂ ਹੈ। ਸੋ ਜਨਾਬ, ਪੀ ਐੱਮ ਕੇਅਰ ਫੰਡ ਦੀ ਪਿੱਛੇ ਜਿਹੜੀ ਖੇਡ ਸੀ, ਜਾਂ ਕੋਈ ਸ਼ਰਾਰਤ ਸੀ, ਜਾਂ ਕੋਈ ਆਪਣਾ ਨਿੱਜ ਫੰਡ ਇਕੱਠਾ ਕਰਨ ਦੀ ਮਨਸ਼ਾ ਸੀ, ਕੀ ਹੈ, ਇਹ ਤੱਥ ਸਾਹਮਣੇ ਆ ਗਏ। ਇੱਕ ਤਰ੍ਹਾਂ ਨਾਲ ਪੀ ਐੱਮ ਕੇਅਰ ਫੰਡ ਦੇ ਨਾਮ ਦਾ, ਯੋਜਨਾ ਦਾ ਭਾਂਡਾ ਫੁੱਟ ਗਿਆ ਜਨਾਬ, ਸੱਚ ਸਾਹਮਣੇ ਆ ਗਿਆ, ਹਕੀਕਤ ਸਾਹਮਣੇ ਆ ਗਈ। ਸਰਕਾਰ ਨੇ ਉਸ ਧਿਰ ਨੇ ਖੁਦ ਹਲਫਨਾਮਾ ਲਿਖ ਕੇ ਦਿੱਤਾ ਕਿ ਇਹਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ। ਸਵਾਲ ਇਹ ਹੈ ਜਨਾਬ, ਜੇ ਪੀ ਐੱਮ ਕੇਅਰ ਫੰਡ ਦਾ ਸਰਕਾਰ ਨਾਲ ਸੰਬੰਧ ਨਹੀਂ ਹੈ ਤਾਂ ਉਹਦਾ ਨਾਂ ਪੀ ਐੱਮ ਕਿਉਂ? ਪੀ ਐੱਮ ਸ਼ਬਦ ਭਾਰਤ ਦੇ ਇੱਕ ਪ੍ਰਧਾਨ ਮੰਤਰੀ ਦੇ ਨਾਮ ਨਾਲ ਸੰਬੰਧ ਹੈ, ਸੋ ਸਰਕਾਰੀ ਸ਼ਬਦ ਹੈ, ਦੇਸ਼ ਦੇ ਮੁਖੀ ਲੀਡਰ ਦੇ ਨਾਲ ਸੰਬੰਧਿਤ ਹੈ। ਸੋ ਜੇਕਰ ਪੀ ਐੱਮ ਸ਼ਬਦ ਵਰਤਿਆ ਗਿਆ ਤਾਂ ਉਹਦੇ ਨਾਲ ਲੱਗਿਆ ਕਿ ਸਰਕਾਰੀ ਯੋਜਨਾ। ਫਿਰ ਮੋਦੀ ਕੇਅਰ ਫੰਡ ਰੱਖ ਲੈਂਦੇ, ਅਮਿਤ ਸ਼ਾਹ ਕੇਅਰ ਫੰਡ ਰੱਖ ਲੈਂਦੇ, ਨਿਰਮਲਾ ਸੀਤਾਰਮਨ ਕੇਅਰ ਫੰਡ ਰੱਖ ਲੈਂਦੇ, ਸੋ ਫਿਰ ਇਹਦੇ ਨਾਲ ਪੀ ਐੱਮ ਕੇਅਰ ਫੰਡ ਕਿਉਂ? ਹੁਣ ਤੁਸੀਂ ਲਿਖ ਕੇ ਦੇ ਰਹੇ ਹੋ ਅਦਾਲਤਾਂ ਦੇ ਵਿੱਚ ਕਿ ਨਹੀਂ ਜੀ, ਇਹਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ, ਇਹਦੇ ਮੈਂਬਰਾਂ ਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ ਹੈ, ਇਹਦਾ ਸਰਕਾਰ ਵੱਲੋਂ ਕੋਈ ਖਰਚਾ ਕਰਨਾ ਕਿਵੇਂ ਕਰਨਾ ਇਹਦੇ ਨਾਲ ਕੋਈ ਕਿਸੇ ਦੇ ਹੱਥ 'ਚ ਨਹੀਂ ਹੈ, ਅਤੇ ਅਸੀਂ ਇਸ ਦੇ ਬਾਰੇ ਆਰ ਟੀ ਆਈ ਰਾਹੀਂ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਇਹ ਉਹਦੇ ਦਾਇਰੇ 'ਚ ਨਹੀਂ ਆਉਂਦਾ, ਅਤੇ ਸਾਡੀ ਵੈਬਸਾਈਟ ਬਣੀ ਹੈ ਜੀ, ਉੱਥੇ ਜਾ ਕੇ ਪੜ੍ਹ ਲਓ। ਸੋ ਇਹ ਵੱਡਾ ਸਵਾਲ ਹੈ ਕਿ ਕਰੋਨਾ ਕਾਲ ਦੇ ਦੌਰਾਨ ਜਦੋਂ ਲੋਕਾਂ ਨੇ ਇਹਦੇ ਵਿੱਚ ਫੰਡ ਪਾਇਆ, ਜਦੋਂ ਲੋਕਾਂ ਨੇ ਰਾਸ਼ੀ ਕੀਤੀ, ਦਾਨ ਦਿੱਤਾ, ਤਦ ਉਹਨਾਂ ਨੇ ਇਸ ਨੂੰ ਇਸ ਨਜ਼ਰੀ ਤੋਂ ਦੇਖ ਕੇ ਦਿੱਤਾ ਕਿ ਸਰਕਾਰੀ ਹੈ, ਅਤੇ ਹੁਣ ਉਹਦਾ ਸੱਚ ਸਾਹਮਣੇ ਆ ਗਿਆ ਜੀ। ਚਲੋ, ਸੱਚ ਤਾਂ ਅੱਜ ਬਜਟ ਦਾ ਵੀ ਸਾਹਮਣੇ ਆ ਗਿਆ। ਬਜਟ, ਭਾਰਤ ਦਾ ਆਮ ਬਜਟ, ਮੋਦੀ ਸਰਕਾਰ ਦਾ ਆਖਰੀ ਬਜਟ। ਜੀ ਹਾਂ, ਇਹ ਤੋਂ ਬਾਅਦ ਚੋਣਾਂ 'ਚ ਚਲੇ ਜਾਣਾ, ਫਿਰ ਫੁੱਲ ਬਜਟ ਨਹੀਂ ਆਉਣਾ। ਸੋ ਬੀਬੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਇੱਕ ਬਜਟ ਪੇਸ਼ ਕੀਤਾ ਗਿਆ, ਉਸ ਬਜਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਾਹਮਣੇ ਆਈਆਂ ਕਿ ਕਿੰਨਾ ਕੁ ਦੇਸ਼ ਹਿੱਤ ਵਿੱਚ ਹੈ, ਕਿੰਨਾ ਕੁ ਇਹ ਸਮਾਜ ਹਿੱਤ ਵਿੱਚ ਹੈ, ਕਿੰਨਾ ਕੁ ਇਹ ਵੱਖੋ ਵੱਖ ਸਰਕਾਰੀ ਧਿਰਾਂ, ਪ੍ਰਾਈਵੇਟ ਧਿਰਾਂ, ਵਪਾਰੀ, ਕਿਸਾਨ, ਮਜ਼ਦੂਰ ਕਿਹਦੇ ਹੱਕ ਵਿੱਚ ਹੈ, ਕਿੰਨਾ ਕੁ ਕਿਹਨੂੰ ਫਾਇਦਾ ਹੋਇਆ। ਸੋ ਕਈ ਚੈਨਲ ਤਾਂ, ਨੈਸ਼ਨਲ ਚੈਨਲ ਜਾਂ ਸਰਕਾਰ ਦੇ ਤੋਤਾ ਮੀਡੀਆ ਤਾਂ ਗਣਾਈ ਜਾਂਦਾ ਕਿ ਲਓ ਜੀ ਵੱਡੀ ਰਾਹਤ, 7 ਲੱਖ ਤੱਕ ਦਾ ਹੁਣ ਤੁਹਾਡਾ ਟੈਕਸ ਫਰੀ ਹੋ ਗਿਆ, 7 ਲੱਖ ਦੀ ਤੁਹਾਡੀ ਆਮਦਨ 'ਤੇ ਟੈਕਸ ਨਹੀਂ। ਪਰ ਮਾਰ ਕਹਿੰਦੇ ਨੇ, ਹੈਂ, ਜਿਹੜੇ ਅਰਥਵਿਵਸਥਾ ਦੇ ਮਾਰ ਨੇ, ਆਰਥਿਕ ਵਿਸ਼ਿਆਂ ਦੇ ਮਾਰ ਨੇ, ਉਹ ਕਹਿੰਦੇ ਭਾਈ ਇਹਦੇ ਵਿੱਚ ਵੀ ਲੋਚਾ, ਇਹਦੇ ਵਿੱਚ ਵੀ ਇੱਕ ਖੇਲ ਖੜਾ ਕਿ ਇਹ ਵੀ ਇੱਕ ਪੁਰਾਣਾ ਸਿਸਟਮ ਕਹਿੰਦੇ ਜ਼ਿਆਦਾ ਵਧੀਆ, ਨਵੇਂ ਦੇ ਵਿੱਚ ਧੋਖਾ ਥੜੀ ਖੜੀ ਆ ਕਿ 7 ਲੱਖ ਤੱਕ ਤੁਹਾਡੀ ਰਾਸ਼ੀ 'ਤੇ ਕੋਈ ਟੈਕਸ ਨਹੀਂ, ਜੇ 7 ਲੱਖ ਤੋਂ 1 ਵੀ ਰੁਪਈਆ ਵੱਧ ਕਮਾ ਲਿਆ ਫਿਰ 3 ਲੱਖ ਤੋਂ ਉੱਪਰ ਤੁਹਾਡਾ ਟੈਕਸ ਸ਼ੁਰੂ ਹੋ ਜਾਣਾ, 5%, 10%, 15% ਫਿਰ ਅੱਗੇ ਵਧੀ ਜਾਣਾ। ਸੋ ਇਸ ਲਈ ਇਹ ਨਹੀਂ ਗਾ ਕਿ ਕੁੱਲ ਤੁਹਾਡੀ ਆਮਦਨ 'ਚੋਂ 7 ਲੱਖ ਤੱਕ ਕੋਈ ਟੈਕਸ ਨਹੀਂ, ਉਹ 3 ਲੱਖ 'ਤੇ ਹੀ ਖੜ੍ਹਾ,
3 लाख तो बाद टैक्स लगना ही लगना, पहला 2.5 फिर 3, सो 3 लाख तो टैक्स तो बाद जिनी भी राशि तुम कमा रहे हो फिर टैक्सेबल हो जानी है। हाँ जो थोड़ी आमदन 7 लाख के दायरे च रही है फिर तुम टैक्स फ्री हो। सो इसलिए इतने भी लोचा तो फिर वो 1.5 लाख वाली जी 80C के तहत बचाव लेने वो कुछ नहीं, चलो इन तो छोड़ो। सवाल आया कि सूबिया के लिए किया, कुल मिला के जनाब जिदण की GST होंद चाहिए तद तो यह बजट एक ड्रामा बन के रह गए हैं, एक दिखावा बन के रह गए, एक शलावा बन के रह गए हैं, क्योंकि बजट के कुछ राहत देने बचिया ही नहीं। GST दे अपना अपना फार्मूला अपना कमीशन है, जो लोड़ पई बधा ली घटा ली, है तेल के उत्ते टैक्स कंपनियां राही लग गया, है सिलंडर महंगा 30 दिन हो गया सस्ता हो गया जी, सस्ता तो नहीं हुंदा महंगा ही हुंदा। सो इस तरह पेट्रोल डीजल है, केंद्र ने अपने टैक्स ला ले, सूबे ने अपने बैट ला ले, सो किहड़ा बजट रह गया जनाब, जो नित दिन चीज़ा महंगी हो जाणियां, नित दिन चीज़ों के रेट बधी जाने, नित दिन टैक्स बधी जाने, फिर आ बजट की रहा। तो इस बजट के देश के किसानों लई किहड़ी योजना, किसान चाहुंदे सी खासकर पंजाब दा हरियाणे दा उत्तरी भारत दा, कि तुसीं एक पासे गल करदे हो कि देश लई झोना चोल उगा के दे भाई पंजाब हरियाणा, तो दूसरे पासे कहिंदे पानी भी बचावे, तो फिर जनाब उन्हूं बदलवीं फसल दिओ, उन्हूं MSP दिओ, स्वामीनाथन रिपोर्ट दिओ, उहदे पर नहीं आउंदे। याद होना किन्नियां नूं, खासकर भगतां नूं तां जरूर याद होना कि 2022 तक कहिंदे सी मोदी जी कि किसानां दी आमदन दुगनी कर देंगे, तो हुण कहिंदे नहीं 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 100 साल मनावांगे आज़ादी का, हैं 2047 गल करांगे। कमाल है जनाब, कदे तुसीं 2022 की गल करते 75वें आज़ादी अमृत महोत्सव की गल करते, हुण 25 साल अगे। सो आ जिहड़ियां खेड ने वह कितना कितने सवाल पैदा करते हैं, कुछ बजट च शलावा सी, ना किसानां लई कुछ लभिया ना मजदूरों लई, उल्टा नरेगा दे दिन भी घटाते तो बजट भी घटाता। नरेगा तहत 100 दिन की दिहाड़ी मंगते हैं तो वह 100 दिन की दिहाड़ी अज तक किसी ने दिती हो नहीं, कदे 65 दिन, कदे 52 दिन, कदे 42 दिन साल के। सो जिवें हमीर सिंह भाजी उन्हों का कहना है, वह कहते कि भाई की मजदूर ने सिर्फ साल के 42 दिन रोटी खानी होंगी है, जिन्हें दिन दिहाड़ी देनी बाकी दिन रोटी नहीं खानी, सो ये क्यों? सो बड़ा सवाल है, दिहाड़ी तो रोज़ मिलनी चाहिए है, जिन्होंने जिदा लोड़ा उदन मिलनी चाहिए है, पर इतने 365 दिन तक की देनी है, 100 दिन तो भी नहीं आते, तो उल्टा जिन्ना तय की तो कटाई जाते, तो बजट भी वो कटाई जाते हैं। तो इस तरह चाहे वह किसानी की गल है, चाहे मजदूरी की गल है, तो बेरोज़गारी बड़ी चुनौती खड़ी है, वो कोई हिला वसीला नहीं, कोई 1 करोड़ नौकरी साल च देने दी गल्लां करन वाली सरकार हुण इस गल ते नहीं आउंदी। सो बजट दे विच लोकां लई, आम वर्ग लई, हेठले तबके लई, मिडल क्लास लई लै दे के कुछ नहीं निकलिया। हाँ कंपनियां लई बहुत कुछ हैगा, कारपोरेट घराणियां लई बहुत कुछ हैगा। सो ये बड़ा सवाल है कि एक पासे अडानी वर्गियां तिरां लोकां दे पैसे नूं खत्म कर रही ने, कहिंदे जी अडानी की इन्नी आमदन घट गई, इन्ने नंबर पर आ गया जी, 10वें नंबर पर चला गया, दुनिया के 11वें नंबर पर चला गया। वो भाई पैसा कि डुब रहा है देश के बैंकों का, चाहे वह पंजाब नैशनल है, चाहे SBI है, चाहे होर है, पैसा कि डुब रहा है LIC का, LIC की है, बैंक कि लोगों के लोगों का पैसा, सो वो पर नहीं सरकार आँगी। सो इसलिए अज का बजट एक शलावा बजट साबित होया। पर इधर पंजाब, पंजाब की नवी फिक्रमंदी है जनाब, कहिंदे पंजाब नूं कुत्ते बड़बड़ खाई जांदे ने। जी हाँ वो जनाब, नहीं नहीं मैं कोई सियासी व्यासी गल नहीं कर रहा, हकीकत दे विच कहानी है कि पंजाब दे विच देश भर तो सब तो वध कुत्तियां दे वड्ढण दे मामले आ रहे हैं। जी हाँ, 1 महीने च 13-13 हज़ार मामले, 1 साल च 1,65,000 तो वध मामले, पंजाब की गल कर रहे जनाब। पंजाब हरियाणा हाई कोर्ट दे विच ये तथ्य सामने आए, केंद्र सरकार कहिंदा कि नहीं जी पंजाब दे विच 1 महीने च 1,000 बंदे नूं कुत्ते ने वड्या, कहिंदे जी जनवरी तो अक्तूबर तक 12,000 बंदे नूं कुत्ते ने वड्या, 1,000 बंदे नूं महीने च कुत्ते वड्डदे आ पंजाब च। भाई 1,000 दा अंकड़ा भी थोड़ा नहीं है, पर जेकर तुसीं पंजाब दे सिहत विभाग दे अंकड़े देखोगे तो वह कहिंदे 12-13 हज़ार बंदे नूं कुत्ता वड्डदा है 1 महीने च, तो 1 साल दे विच अंकड़े 1,65,000 नूं टप्प गए, तो यह वड्डा सवाल खड़ा। सो इस नूं लैके कुछ अंकड़े ने लो, मैं तुहाडे सामने रख देना कि पंजाब नूं कुत्ते किवें बड़बड़ खा रहे हैं। आ लो जी, कहिंदे जी पंजाब दे विच डॉग बाइट दे केस दुनिया तो सब तो ज़्यादा ने, कुत्ते वड्ढण दे मामले सब तो ज़्यादा ने, सरकार ने कोई एक्शन नहीं लिता, तो हाई कोर्ट ने पूछा कि की है। 2022 दे विच ही पंजाब दे अंदर 1,65,000 तो ज़्यादा कुत्ते वड्ढण दे मामले आए,
ਅਤੇ ਹਰ ਇੱਕ ਮਹੀਨੇ ਦੇ ਵਿੱਚ ਔਸਤਨ 13,700 ਮਾਮਲੇ ਆ ਰਹੇ ਨੇ। ਜੇਕਰ ਮੈਂ ਗੱਲ ਕਰਾਂ ਤਾਂ ਇਹਨਾਂ ਦੇ ਵਿੱਚੋਂ ਜਿੰਨੇ ਪੰਜਾਬ 'ਚ ਕੇਸ ਆ ਰਹੇ ਨੇ ਕੁੱਤੇ ਵੱਢਣ ਦੇ 1,65,000, ਤਾਂ ਇਹਦੇ ਵਿੱਚੋਂ 14% ਮਤਲਬ 30% ਮਾਮਲੇ ਉਹ ਨੇ ਜਿਹੜੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਨੇ। ਜੇ 100 ਬੰਦਿਆਂ ਨੂੰ ਕੁੱਤੇ ਨੇ ਵੱਢਿਆ ਤਾਂ ਉਹਦੇ ਵਿੱਚੋਂ 30 ਜਵਾਕ ਨੇ 14 ਸਾਲ ਤੋਂ ਛੋਟੀ ਉਮਰ ਦੇ। ਅਤੇ ਇੱਥੇ ਕਹਿੰਦੇ ਜੀ 5 ਕਰੋੜ ਰੁਪਈਆ ਕੁੱਤਿਆਂ ਦੀ ਨਸਬੰਦੀ ਲਈ ਰੱਖਿਆ। ਉਹ ਕੌਣ ਖਾ ਜਾਂਦਾ ਕੁੱਤਿਆਂ ਦੀ ਨਸਬੰਦੀ ਵਾਲਾ ਪੈਸਾ ਭਾਈ? ਕਿਹਦੀ ਹੋ ਰਹੀ ਹੈ ਨਸਬੰਦੀ? ਇੱਧਰ ਕੁੱਤਿਆਂ ਦੀ ਗਿਣਤੀ ਵਧੀ ਜਾਂਦੀ ਆ, ਵੱਢਣ ਦੇ ਮਾਮਲੇ ਵਧੀ ਜਾਂਦੇ ਨੇ, ਅਤੇ ਉਹਦੇ ਨਾਲ ਦੇਸ਼ ਦੇ ਵਿੱਚ ਮੌਤਾਂ। ਦੁਨੀਆ ਭਰ 'ਚ ਕੁੱਤੇ ਵੱਢਣ ਤੋਂ ਬਾਅਦ ਲੋਕਾਂ ਦੇ ਹਲਕ ਕੇ ਮਰਨ ਦੀਆਂ ਜਿਹੜੀਆਂ ਅੰਕੜੇ ਨੇ ਉਹਨਾਂ 36% ਭਾਰਤ ਦੇ ਲੋਕ ਮਰਦੇ ਨੇ। ਜੇ ਦੁਨੀਆ ਭਰ 'ਚ ਕੁੱਤੇ ਵੱਢਣ ਨਾਲ 100 ਲੋਕਾਂ ਦੀ ਮੌਤ ਹੁੰਦੀ ਹੈ ਤਾਂ ਉਹਨਾਂ 'ਚੋਂ 36 ਭਾਰਤੀ ਨੇ। ਅਤੇ ਦੇਸ਼ 'ਚ ਸਭ ਤੋਂ ਵੱਧ ਕੁੱਤੇ ਵੱਢਣ ਦੇ ਮਾਮਲੇ ਪੰਜਾਬ 'ਚ। ਹੈਲੋ, 2018 ਇੱਕ ਸਾਲ ਦੇ ਅੰਦਰ 113,637 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। 2019 134,827 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। 2020 ਇੱਕ ਸਾਲ ਦੇ ਵਿੱਚ 110,478 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। 2021 126,843 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਅਤੇ ਅਬ ਲੰਘਿਆ ਹੋਇਆ ਬਰਾ 2022 165,119 ਲੋਕਾਂ ਨੂੰ ਕੁੱਤਿਆਂ ਨੇ ਵੱਢਿਆ। ਹੁਣ ਗਿਣਤੀ ਵੱਧ ਰਹੀ ਆ। 18 'ਚ 113,000 ਤੋਂ ਵੱਧ ਸੀ, 19 'ਚ ਵੱਧ ਕੇ 134,000 ਤੋਂ ਜ਼ਿਆਦਾ ਹੋ ਗਏ, 2020 ਦੇ ਵਿੱਚ 110,000 ਤੇ ਆ ਗਏ। ਹੁਣ ਤੁਸੀਂ ਕਹੋਗੇ 13 ਤੋਂ 34 ਹੋ, 34 ਤੋਂ 110 ਹੋ ਗਏ। ਨਹੀਂ ਜਨਾਬ, ਯਾਦ ਕਰੋ 2020 ਅਤੇ 2021 ਦੇ ਵਿੱਚ ਕਰੋਨਾ ਦਾ ਦੌਰ ਸੀ, ਤਾਲਾਬੰਦੀ ਸੀ, ਲੋਕ ਘਰਾਂ 'ਚ ਸੀ, ਤਾਂ ਵੀ 110,478 ਲੋਕਾਂ ਨੂੰ ਕੁੱਤੇ ਨੇ ਵੱਢ ਲਿਆ। ਅਗਲੇ ਸਾਲ 'ਚ 126,843 ਲੋਕਾਂ ਨੂੰ ਕੁੱਤੇ ਨੇ ਵੱਢ ਲਿਆ, ਅਤੇ ਹੁਣ ਲੰਘੇ ਸਾਲ 'ਚ 165,119 ਲੋਕਾਂ ਨੂੰ ਕੁੱਤੇ ਨੇ ਵੱਢਿਆ। ਸੋ ਆਹ ਪੰਜਾਬ ਦੇ ਅੰਕੜੇ ਨੇ। ਅਤੇ ਇੱਧਰ ਨੰਬਰ 1 ਜਲੰਧਰ ਜ਼ਿਲ੍ਹਾ, ਇੱਕ ਸਾਲ ਦੇ ਵਿੱਚ 33,847, ਲਗਭਗ 34,000 ਕੇਸ। ਨੰਬਰ 2 'ਤੇ ਲੁਧਿਆਣਾ ਜ਼ਿਲ੍ਹਾ, ਲਗਭਗ 19,154 ਮਾਮਲੇ। 3 ਨੰਬਰ 'ਤੇ ਪਟਿਆਲਾ, 13,004 ਮਾਮਲੇ। 4 ਨੰਬਰ 'ਤੇ ਹੁਸ਼ਿਆਰਪੁਰ, 11,517 ਮਾਮਲੇ। ਅਤੇ 5ਵੇਂ ਨੰਬਰ 'ਤੇ ਬਠਿੰਡਾ, 10,633 ਮਾਮਲੇ। 6ਵੇਂ ਨੰਬਰ 'ਤੇ ਮੋਹਾਲੀ, 10,460 ਦੇ ਗਰੀਬ ਮਾਮਲੇ। ਇਹ 6 ਜ਼ਿਲ੍ਹੇ ਉਹ ਨੇ ਜਿੱਥੇ 10,000 ਤੋਂ ਵੱਧ ਨੇ, ਅਤੇ ਸਭ ਤੋਂ ਵੱਧ ਜਲੰਧਰ 'ਚ 33,000, ਅਤੇ ਸਭ ਤੋਂ ਘੱਟ ਰੋਪੜ ਜ਼ਿਲ੍ਹਾ। ਇੱਕ ਸਾਲ ਦੇ ਵਿੱਚ 1,835 ਮਾਮਲੇ ਆਏ ਨੇ ਕੁੱਤੇ ਵੱਢਣ ਦੇ, ਅਤੇ ਉਹ ਤੋਂ ਵੱਧ ਪਠਾਨਕੋਟ ਹੈ ਜਿੱਥੇ 2,280 ਮਾਮਲੇ ਆਏ ਨੇ, ਉਹ ਤੋਂ ਵੱਧ ਫਤਿਹਗੜ੍ਹ ਸਾਹਿਬ ਹੈ 2,384 ਮਾਮਲੇ ਆਏ ਨੇ, ਇਸ ਤਰ੍ਹਾਂ ਤਰਨ ਤਾਰਨ ਹੈ 2,833 ਮਾਮਲੇ ਆਏ ਨੇ, ਫਰੀਦਕੋਟ ਹੈ 2,996 ਮਾਮਲੇ। ਇਹ ਉਹ 5 ਸੂਬੇ ਨੇ, ਫਰੀਦਕੋਟ, ਤਰਨ ਤਾਰਨ, ਫਤਿਹਗੜ੍ਹ ਸਾਹਿਬ, ਪਠਾਨਕੋਟ ਅਤੇ ਰੋਪੜ, ਜਿੱਥੇ 3,000 ਤੋਂ ਘੱਟ ਨੇ। ਅਤੇ ਕੁੱਲ ਔਸਤ ਪੰਜਾਬ ਦੀ ਮਹੀਨੇ ਦੀ 13,700 ਬੈਠਦੀ ਹੈ। ਅਤੇ ਇੱਧਰ ਕਹਿੰਦੇ ਜੀ ਨਸਬੰਦੀ ਲਈ 5 ਕਰੋੜ ਦਾ ਬਜਟ ਹੈ ਪੰਜਾਬ 'ਚ। ਨਗਰ ਨਿਗਮ ਅਤੇ ਨਗਰ ਕੌਂਸਲਾਂ ਵਿੱਚ ਹਰ ਸਾਲ ਲਗਭਗ 5 ਕਰੋੜ ਰੁਪਏ ਦਾ ਬਜਟ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਖਰਚ ਕੀਤਾ ਜਾਂਦਾ। ਅਤੇ ਜੇ 5 ਕਰੋੜ ਕੁੱਤਿਆਂ ਦੀ ਰੁਪਈਆ 5 ਕਰੋੜ ਕੁੱਤਿਆਂ ਦੀ ਨਸਬੰਦੀ 'ਤੇ ਖਰਚ ਹੁੰਦਾ ਹੋਵੇ, ਅਤੇ ਫਿਰ ਨਸਬੰਦੀ ਹੋਵੇ ਫਿਰ ਕਤੂਰੇ ਜੰਮਣ ਕਿਉਂ, ਅਤੇ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਧਣ ਕਿਉਂ? ਸੋ ਆਪਣੇ ਆਪ 'ਚ ਚਿੰਤਾ ਵਾਲੀ ਗੱਲ ਹੈ ਕਿ ਇਸ ਮਸਲੇ 'ਤੇ ਸਰਕਾਰਾਂ ਨਾਲ ਗੌਰ ਕਰਦੀਆਂ ਨੇ, ਧਿਆਨ ਕਰਦੀਆਂ, ਅਤੇ ਉਹਦਾ ਨਤੀਜਾ ਕਿ ਅੱਜ ਪੰਜਾਬ ਦੇਸ਼ ਭਰ ਦੇ ਸਭ ਤੋਂ ਵੱਧ ਕੁੱਤਿਆਂ ਦੇ ਵੱਢਣ ਦੇ ਮਾਮਲੇ 'ਚ ਪੀੜਿਤ ਹੈ, ਔਰ 30% ਜਵਾਕਾਂ ਨੂੰ ਵੱਢਿਆ ਜਾ ਰਿਹਾ, ਅਤੇ ਸਰਕਾਰ ਕਹਿੰਦੀ ਜੀ ਨਸਬੰਦੀ ਅਭਿਆਨ ਹੋਰ ਤੇਜ਼ ਕਰਾਂਗੇ। ਸੋ ਇਸ ਲਈ ਵੱਡਾ ਪਹਿਲੂ ਖੜਾ ਕਿ ਭਾਈ ਇਸ ਮਸਲੇ, ਕਿਉਂਕਿ ਇਹ ਉਹ ਅੰਕੜੇ ਨੇ, ਜੇ ਸਾਲ 'ਚ 1,65,000 ਦੇ ਅੰਕੜੇ ਆ ਰਹੇ ਨੇ ਤਾਂ ਇਹ ਉਹ ਅੰਕੜੇ ਨੇ ਜਿਨ੍ਹਾਂ ਨੇ ਸਰਕਾਰੀ ਹਸਪਤਾਲ ਤੋਂ ਇਲਾਜ ਕਰਾਇਆ, ਕਿਉਂਕਿ ਗਿਣਤੀ ਉੱਥੋਂ ਹੀ ਆਈ ਆ ਕਿ ਹਾਂ ਭਾਈ ਇਹਨੇ ਟੀਕਾ ਲਵਾਇਆ, ਇਹਨੂੰ ਟੀਕਾ ਇਸ਼ੂ ਹੋਇਆ, ਇਹਦਾ ਕਾਰਡ ਬਣਿਆ, ਜਿਹਨੇ ਪ੍ਰਾਈਵੇਟ ਇਲਾਜ ਕਰ ਲਿਆ, ਘਰ ਹੀ ਪੱਟੀ ਪੁੱਟੀ ਕਰ ਲਈ, ਕੁੱਤਿਆਂ ਦੇ ਟੀਕੇ ਲੱਗਿਆ ਕੋਈ ਲੋੜ ਨਹੀਂ, ਜਾਂ ਪ੍ਰਾਈਵੇਟ ਟੀਕੇ ਲਵਾ ਲਏ, ਉਹ ਇਹਨਾਂ ਅੰਕੜਿਆਂ 'ਚ ਨਹੀਂ ਹੈਗੇ। ਸੋ ਇਹ ਵੱਡੀ ਚਿੰਤਾ ਵਾਲੀ ਗੱਲ ਹੈ, ਔਰ ਹਾਈਕੋਰਟ 'ਚ ਮਾਮਲਾ, ਅਤੇ ਸਰਕਾਰੀ ਕੇਂਦਰੀ ਅੰਕੜੇ ਦੱਸੀ ਜਾਂਦੇ ਨੇ 1 ਸਾਲ ਦੇ ਵਿੱਚ 12,000, ਅਤੇ ਇੱਧਰ ਮਾਮਲਾ ਰਿਹਾ 1 ਸਾਲ ਦੇ ਵਿੱਚ 1,65,000। ਇਹ ਵੀ ਪੰਜਾਬ ਦੇ ਸਿਹਤ ਵਿਭਾਗ ਦੇ ਅੰਕੜੇ ਨੇ। ਸੋ ਜਨਾਬ, ਪੰਜਾਬ ਨੂੰ ਤਾਂ ਕੁੱਤਿਆਂ ਨੇ ਵੱਢ ਵੱਢ ਖਾ ਲਿਆ, ਬਹੁਤ ਵੱਡੀ ਗੱਲ। ਸੋ ਤੁਸੀਂ ਵੇਖਦੇ ਰਹੋ ਲਿਬਰਲ ਟੀ ਵੀ, ਲੋਕਾਂ ਦੀ ਆਵਾਜ਼ ਲੋਕਾਂ ਲਈ।